ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚੈਨਲ ਯੂਟਿਊਬ ਫਾਰਮਰ 'ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਜੀ। ਅਤੇ ਅੱਜ ਇਸ ਵੀਡੀਓ ਵਿੱਚ ਆਪਾਂ ਜਿਹੜੀ ਮੌਸਮ ਦੀ ਗੱਲ ਲੈ ਕੇ ਆ ਜਾਂ, ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਵੀ 7 ਅਤੇ 8 ਨਵੰਬਰ ਜਿਹੜਾ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ, ਅਤੇ ਉਸੇ ਤਰ੍ਹਾਂ ਜਿਹੜਾ ਇਹ ਮੌਸਮ ਹੈ ਚੱਲ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ। ਤਕਰੀਬਨ ਜੇ ਪੰਜਾਬ ਦੀ ਗੱਲ ਕਰੀਏ ਤਾਂ ਤਕਰੀਬਨ ਪੰਜਾਬ ਦੇ 6 ਤਰੀਕ ਸ਼ਾਮ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜੀ ਬਰਸਾਤ ਹੋਈ ਹੈ, ਜਿਵੇਂ ਪੂਰਬ ਕਹਿ ਸਕਦੇ ਆਪਾਂ ਪੱਛਮੀ ਪੰਜਾਬ ਦੇ ਇਲਾਕੇ, ਅਤੇ ਉੱਧਰ ਆਪਣੇ ਕਹੀ ਅਬੋਹਰ ਸਾਈਡ ਤੱਕ, ਰਾਜਸਥਾਨ ਅਤੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਇਲਾਕੇ ਨੇ, ਇਹਨਾਂ ਇਲਾਕਿਆਂ ਵਿੱਚ ਕੱਲ੍ਹ ਸ਼ਾਮ ਤੋਂ ਹੀ ਜਿਹੜੀ ਬਾਰਿਸ਼ ਆ ਉਹ ਦੇਖਣ ਨੂੰ ਮਿਲੀ ਆ। ਕਈ ਇਲਾਕੇ ਵਿੱਚ ਜਿਹੜੀ ਗੜੇਮਾਰੀ ਦੀ ਵੀ ਖਬਰਾਂ ਸਾਹਮਣੇ ਆਈਆਂ ਨੇ, ਅਤੇ ਜਿਸ ਨਾਲ ਕਾਫੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅਤੇ ਆਪਣੇ ਗੱਲ ਕਰੀਏ ਹਿਸਾਰ ਸਾਈਡ ਕਈ ਰਾਜਸਥਾਨ ਦੀ ਹਨੂੰਮਾਨਗੜ੍ਹ ਅਤੇ ਆਪਣੇ ਹਰਿਆਣਾ ਸਾਈਡ ਹਿਸਾਰ ਵੱਲ ਕਈ ਇਲਾਕਿਆਂ ਵਿੱਚ ਜਿਹੜੀ ਗੜੇਮਾਰੀ ਹੋਈ ਹੈ। ਅਤੇ ਇਸ ਦੇ ਨਾਲ ਨਾਲ ਜਿਹੜਾ ਮੌਸਮ ਹੈ ਅੱਜ ਜਿੱਦਾਂ 7 ਤਰੀਕ ਨੂੰ ਇਸੇ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਰਹੇਗਾ, ਅਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਉਮੀਦ ਹੈ ਵੀ ਹਲਕੀ ਤੋਂ ਜਿਹੜੀ ਦਰਮਿਆਨੇ ਰੂਪ ਤੱਕ ਜਿਹੜੀ ਵਰਖਾ ਉਹ ਟੁੱਟਵੇਂ ਰੂਪ ਵਿੱਚ ਜਾਰੀ ਰਹੇਗੀ, ਪਰ ਜਿਹੜੀ ਭਾਰੀ ਬਰਸਾਤ ਉਹ ਨਹੀਂ ਹੋਵੇਗੀ। ਇਹ ਥੋੜ੍ਹੇ ਸਮੇਂ ਲਈ ਛਰਾਟਿਆਂ ਦੇ ਰੂਪ ਵਿੱਚ ਆਪਾਂ ਕਹਿ ਸਕਦੇ ਹਾਂ, ਜਿਹੜੀ ਹਲਕੀ ਤੋਂ ਲੈ ਕੇ ਦਰਮਿਆਨੀ ਕੁਝ ਕੁਝ ਇਲਾਕਿਆਂ ਵਿੱਚ ਜਿਹੜੀ ਬਰਸਾਤ ਹੁੰਦੀ ਰਹੇਗੀ। ਅਤੇ 1-2 ਜਿਹੜੀਆਂ ਗੜੇਮਾਰੀ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈਆਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹਾਂਜੀ, ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋਈ ਵੀਡੀਓ ਹੈ, ਜਿਹਦੇ ਵਿੱਚ ਗੜੇਮਾਰੀ ਕਾਫੀ ਭਿਆਨਕ ਰੂਪ ਵਿੱਚ ਜਿਹੜੀ ਦਿਖਾਈ ਜਾ ਰਹੀ ਆ। ਅਤੇ ਜਿਹੜੀ ਵੀਡੀਓ ਆ ਇਹ ਥੋੜ੍ਹੀ ਹਿਸਾਰ ਸਾਈਡ ਦੀ ਆ, ਹਰਿਆਣੇ ਸਾਈਡ ਦੀ, ਅਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੀਂਹ ਦੇ ਨਾਲ ਗੜੇਮਾਰੀ ਨੇ ਕਾਫੀ ਜ਼ਿਆਦਾ ਨੁਕਸਾਨ ਪੰਜਾਬ ਤੋਂ ਬਿਨਾਂ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਕੀਤਾ ਹੈ।